ਦੇਖੋ এবੀਪੀ ਸੰਝਾ ਡਾਟਾਸਕਾਈ ਚੈਨਲ ਨੰਬਰ 19298 ਅਸੀਂ ਕਾਲ ਜੀ ਤੁਸੀਂ ਦੇਖ ਰਹੇ ਹੋ এবੀਪੀ ਸੰਝਾ ਤੇ ਮੈਂ ਤੁਹਾਡੇ ਨਾਲ ਅਮਨਦੀਪ ਸਿੰਘ ਤੇ ਅੱਜ এবੀਪੀ ਸੰਝਾ ਦੀ ਟੀਮ ਪਹੁੰਚੀ ਹੈ ਵਿਧਾਨ ਸਭਾ ਹਲਕਾ ਗੁਰਦਾਸਪੁਰ ਇੱਥੇ ਵੀ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਭੱਗ ਚੁੱਕੀ ਹੈ ਆਮ ਲੋਕਾਂ ਦੀ ਗੱਲ ਕਿੰਨੀ ਹੋ ਰਹੀ ਹੈ ਇਹ ਵੀ ਜਾਣਾਂਗੇ ਕਿਉਂਕਿ ਸਾਰੀਆਂ ਪਾਰਟੀਆਂ ਦੇ ਵੱਲੋਂ ਆਪਣੇ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਕਾਂਗਰਸ ਦੇ ਵੱਲੋਂ ਬਰਿੰਦਰਜੀਤ ਸਿੰਘ ਪਾੜਾ ਅਕਾਲੀ ਦਲ ਦੇ ਵੱਲੋਂ ਗੁਰਬਚਨ ਸਿੰਘ ਬਬੇ ਹਾਲੀ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਰਮਨ ਬਹਿਲ ਸੰਯੁਕਤ ਸਮਾਜ ਪਾਰਟੀ ਦੇ ਵੱਲੋਂ ਵੀ ਆਪਣਾ ਉਮੀਦਵਾਰ ਇੰਦਰਪਾਲ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਪਰ ਇਹ ਸਭ ਦੇ ਦਰਮਿਆਨ ਇਸ ਹਲਕੇ ਦੇ ਲੋਕਾਂ ਦੀ ਕੀ ਮੰਗ ਹੈ ਇਹਨਾਂ ਪਾਰਟੀਆਂ ਦੇ ਵੱਲੋਂ ਹੁਣ ਤੱਕ ਕਿੰਨਾ ਕੰਮ ਕਰਵਾਇਆ ਕਾਂਗਰਸ ਦੀ ਸਰਕਾਰ ਰਹੀ ਹੈ ਕਾਂਗਰਸ ਨੇ ਇਸ ਹਲਕੇ ਦੇ ਮੁੱਦੇ ਕਿੰਨੇ ਵਿਚਾਰੇ ਇਹ ਵੀ ਜਾਣਾਂਗੇ ਸਭ ਤੋਂ ਪਹਿਲਾਂ ਗੱਲਬਾਤ ਸੱਤਾ ਧਿਰ ਤੋਂ ਕਰਦੇ ਹਾਂ ਕਾਂਗਰਸ ਨੇ ਕਿੰਨੇ ਕੰਮ ਕਰਵਾਏ ਗੁਰਦਾਸਪੁਰ ਦੇ ਗੁਰਦਾਸਪੁਰ ਸ਼ਹਿਰ ਦੇ ਵਿੱਚ ਕੋਈ ਐਸਾ ਕੰਮ ਹੈ ਜਿਹੜਾ ਇੱਥੇ ਨਹੀਂ ਹੋਇਆ ਇਹ ਪਿਛਲੇ 10 ਮਹੀਨੇ ਪਹਿਲਾਂ ਹੀ ਇੱਥੇ ਚੈਨਲ ਵਾਲੇ ਆਏ ਸੀ ਇਸੇ ਪਾਰਕ ਵਿੱਚ ਹੀ ਇਹ ਡਿਬੇਟ ਹੋਈ ਸੀ ਤੇ ਅੱਜ ਇਹ ਗੁਰਦਾਨਨਕ ਪਾਰਕ ਦੀ ਤੁਸੀਂ ਦਿਸ਼ਾ ਦੇਖਦੇ ਹੋ ਕਿ ਕਿਸ ਤਰੀਕੇ ਨਾਲ ਬਦਲੀ ਗੁਰਦਾਨਨਕ ਪਾਰਕ ਦੇ ਨਾਂ ਤੇ ਅੱਜ ਕਿਸ ਤਰ੍ਹਾਂ ਗੁਰੂ ਮਹਾਰਾਜ ਦਾ ਨਾਂ ਥਿਲੇਆ ਜਾ ਰਿਹਾ ਦਿਨ ਰਾਤ ਸੇ ਬਾਣੀ ਹੁੰਦੀ ਹੈ ਫਿਸ਼ ਪਾਰਕ ਦੀ ਗੱਲ ਕਰ ਲਈਏ ਹਰਮਨ ਚੌਂਕ ਦੀ ਗੱਲ ਕਰ ਲਈਏ ਕਿਉਂਕਿ ਕਵੀਦਾ ਚੌਂਕ ਦੀ ਗੱਲ ਕਰ ਲਈਏ ਪਰਸੂराम ਚੌਂਕ ਦੀ ਗੱਲ ਕਰ ਲਈਏ ਗੁਰਦਾਸਪੁਰ ਸ਼ਹਿਰ ਦੇ ਵਿੱਚ ਕੋਈ ਐਸੀ ਗਲੀ ਨਾਲੀ ਕੋਈ ਐਸਾ ਸੀਵਰੇਜ ਦਾ ਕੰਮ ਗੁਰਦਾਸਪੁਰ ਨਿਕਲਿਆ ਗੁਰਦਾਸਪੁਰ ਹਲਕੇ ਦੇ ਵਿੱਚ ਕਿਸੇ ਨੂੰ ਬੋਲਣ ਦਾ ਵਿੱਚ ਕੋਈ ਗੱਲ ਛੱਡੀ ਨਹੀਂ ਵੀ ਵਿਰੋਧ ਦੀ ਬੋਲ ਹੀ ਨਹੀਂ ਸਕਦਾ ਗੁਰਦਾਸਪੁਰ 'ਚ ਕੰਮ ਨਹੀਂ ਹੋਇਆ ਠੀਕ ਹੈ ਅੱਛਾ ਇਹ ਦਾਵਾ ਕਰ ਰਹੇ ਨੇ ਕਹਿੰਦੇ ਗੁਰਦਾਸਪੁਰ ਦੇ ਵਿੱਚ ਕੰਮ ਬੜਾ ਕਰਾਇਆ بڑے ਚੌਂਕਾਂ ਦੇ ਨਾਮ ਗਣਵਾਏ ਨੇ ਤੁਸੀਂ ਇਸ ਹਲਕੇ ਦੇਓ ਕਿੰਨਾ ਕੰਮ ਕਰਵਾਇਆ ਕੰਮ ਜਿਹੜੇ ਪਾਰਕਾਂ ਦੀ ਗੱਲ ਕਰਦੇ ਆ ਜੀ ਅਸੀਂ ਆਪਣੇ ਬੱਚਿਆਂ ਨੂੰ ਪਾਰਕਾਂ ਦੇ ਵਿੱਚ ਨਹੀਂ ਸਕੂਲ ਦੇ ਪੜਾਉਣਾ ਨਾ ਅਸੀਂ ਆਪਣੇ ਬੱਚਿਆਂ ਨੂੰ ਜਿਹੜੀਆਂ ਲੋਕ ਟਾਇਲਾਂ ਦੀਆਂ ਗਲੀਆਂ ਬਣੀਆਂ ਜਾਂ ਛੜਕਾ ਬਣਾਉਣ ਦੀ ਗੱਲ ਕਰਦੇ ਆ ਪਿਛਲੇ 4 ਜਾਂ 5 ਮਹੀਨੇ ਵਾਸਤੇ ਅਸੀਂ ਪਿਛਲੇ ਜਿਹੜੇ 5 ਸਾਲ ਦੀਆਂ ਵੋਟਾਂ ਲੋਕਾਂ ਨੇ ਪਾਈਆਂ ਸੀਗੀਆਂ 5 ਸਾਲਾਂ ਵਾਸਤੇ ਪਾਈਆਂ ਸੀ ਨਾ ਕਿ ਪਿਛਲੇ 2 2 ਤੋਂ 3 ਮਹੀਨੇ ਵਾਸਤੇ ਪਾਈਆਂ ਸੀ ਅਸੀਂ ਰੋਜ਼ਗਾਰ ਦੀ ਗੱਲ ਕਰਦੇ ਆ ਅਸੀਂ ਬੱਚਿਆਂ ਦੀ ਪੜ੍ਹਾਈ ਦੀ ਗੱਲ ਕਰਦੇ ਆ ਤੇ ਅਸੀਂ ਚੰਗੀ ਹੈਲਥ ਫੈਸਿਲਿਟੀ ਦੀ ਗੱਲ ਕਰਦੇ ਆ ਉਹ ਸਾਨੂੰ ਨਹੀਂ ਮਿਲੀ ਜੀ ਅੱਛਾ ਜੇਕਰ ਯੂਥ ਦੀ ਗੱਲ ਕਰੀਏ ਅੱਜ ਦੇ ਨੌਜਵਾਨ ਦੇ ਕੋਲ ਰੋਜ਼ਗਾਰ ਹੈਗਾ ਨਹੀਂ ਹੈਗਾ ਸਰ ਪਰ ਕੈਪਟਨ ਸਾਹਿਬ ਦੀ ਗੱਲ ਕਰਦੇ ਉਹ ਕਹਿੰਦੇ ਘਰ ਘਰ ਰੋਜ਼ਗਾਰ ਬਣ ਰਿ ਸਰ ਕੈਪਟਨ ਨੇ ਵੀ ਘਰ ਵਧੀ ਕਿਤੇ ਸੀ ਮੈਂ ਘਰ ਦਾ ਨੌਕਰੀ ਦਵਾਵਾਂਗਾ ਫੋਨ ਦਵਾਵਾਂ ਕੀ ਦਿੱਤਾ ਜੇ ਕਾਲੀ ਦਾ ਲਈ ਉਹਨੇ ਵੀ ਟਾਲਾ ਦੇ ਵਿਕਾਸ ਕਰ ਸੜਿਆ ਗਲੀਆਂ ਦੇ ਕਾਂਗਰਸ ਆਈ ਆ ਉਹਨੇ ਵੀ ਟਾਲਾ ਪੁਟੀਆਂ ਸਿੱਧੀਆਂ ਕਰ ਛੜੀਆਂ ਤੇ ਜਿੰਨਾ ਵੀ ਯੂਸ ਦਾ ਸਾਰਾ ਭੁਖਾ ਮੰਦਾ ਕਿ ਨਸ਼ੇ ਦੇ ਤੰਦ ਦੇ ਆ ਕੀ ਕੁਛ ਕਰਨ ਦਿਆ ਠੀਕ ਹੈ ਜੇ ਤੁਹਾਡੇ ਇਸ ਹਲਕੇ ਦੇ ਜੇਕਰ ਵਿਧਾਇਕ ਦੀ ਗੱਲ ਕਰੀਏ ਕਿੰਨੇ ਕੰਮ ਕਰਵਾਏ ਤੁਹਾਡੇ ਦੇਖੋ ਜੀ ਕੰਮ ਜਿਹੜੇ ਹੋਏ ਆ ਉਹ ਕੰਮ ਨਾ ਦੇ ਬਰਾਬਰੀ ਹੋਏ ਹੋਏਗੇ ਆ ਕੁਛ ਨਹੀਂ ਹੋਇਆ ਤੁਹਾਨੂੰ ਜੇ ਚਾਹੀਦਾ ਹੈਗਾ ਰੋਜ਼ਗਾਰ ਬੱਚਿਆਂ ਦੀ ਪੜ੍ਹਾਈ ਦੀ ਚਾਹੀਦੀ ਹੈ ਚੰਗੀ ਪੜ੍ਹਾਈ ਸਿੱਖਿਆ ਮਿਲੇ ਉਹਨਾਂ ਨੂੰ ਚੰਗੇ ਹਸਪੀਟਲ ਚਾਹੀਦੇ ਜਿੱਥੇ ਕਿ ਆਮ ਆਦਮੀ ਜਾ ਕੇ ਉੱਥੇ ਆਪਣਾ ਇਲਾਜ ਕਰਾ ਸਕੇ ਇਹ ਚੀਜ਼ਾਂ ਚਾਹੀਦੀਆਂ ਨੂੰ ਜੋ ਨਹੀਂ ਮਿਲ ਰਹੀਆਂ ਅੱਛਾ ਜੇਕਰ ਕਿਸਾਨੀ ਦੀ ਗੱਲ ਕਰੀਏ ਅੱਜ ਦੀ ਅੱਜ ਦੇ ਸਮੇਂ ਦੇ ਵਿੱਚ ਕਿਸਾਨ ਕੀ ਸੋਚ ਰਿਹਾ ਹੈ ਇੱਕ ਪਾਸੇ ਦਿੱਲੀ ਦੇ ਵਿੱਚ ਸੰਘਰਸ਼ ਚੱਲਿਆ ਖੇਤੀਕਰਨ ਵਾਪਸ ਹੋਏ ਤੇ ਹੁਣ ਪੰਜਾਬ ਦੇ ਵਿੱਚ ਚੋਣਾਂ ਨੇ ਹਾਂਜੀ ਇਹ ਜੀ ਜਿਹੜਾ ਜਿੰਨੀਆਂ ਵੀ ਪਾਰਟੀਆਂ ਇੱਥੇ ਰਾਜ ਕਰਨ ਵਾਲੀਆਂ ਜਾਂ ਚੋਣਾਂ ਦੇ ਮੈਦਾਨ ਦੇ ਵਿੱਚ ਜਿਹੜੀਆਂ ਖੁੱਦ ਚੁੱਕੀਆਂ ਨੇ ਇਹਨਾਂ ਦਾ ਸਾਰਿਆਂ ਦਾ ਜਿਹੜਾ ਖੇਤੀ ਨੀਤੀ ਜਿ ਪਾਲਿਸੀ ਆ ਜਿਹੜੀ ਇਹਨਾਂ ਕਿਸੇ ਵੀ ਪਾਰਟੀ ਕੋਲ ਕੋਈ ਵੀ ਨਹੀਂ ਹੈਗੀ ਉਹ ਭਾਵੇਂ ਜਿਹੜੀ ਵੀ ਮਰਜੀ ਵੀ ਪਾਰਟੀ ਹੋਵੇ ਸੋ ਜਿਹੜੀ ਇੱਕ ਬੇਰਜ਼ਗਾਰੀ ਆ ਜਿਹੜੀ ਜਿਹੜਾ ਮੁੱਖ ਮੁੱਦਾ ਉਹਨਾਂ ਦੇ ਉੱਤੋਂ ਵੀ ਇਹਨਾਂ ਦਾ ਜਿਹੜਾ ਧਿਆਨ ਜਿਹੜਾ ਪਾਸੇ ਆ ਤੇ ਜਿਹੜੇ ਮੁਲਾਜ਼ਮ 4 4 5 5000 ਦੇ ਉੱਤੇ ਜਿਹੜੇ ਰੱਖੇ ਪਏ ਨੇ ਉਹਨਾਂ ਨੂੰ ਵੀ ਮਤਲਬ ਜਿਹੜਾ ਉਹ ਸਰਕਾਰ ਨੇ ਜਿਹੜਾ ਐਲਾਨ ਕੀਤੇ ਹੋਏ ਨੇ ਵੀ ਉਹਨਾਂ ਨੂੰ ਆਪਾਂ ਪੱਕੇ ਕਰ ਦਿੱਤਾ ਪਰ ਗਰਾਊਂਡ ਲੈਵਲ ਤੇ ਕੋਈ ਨੋਟੀਫਿਕੇਸ਼ਨ ਨਹੀਂ ਹੈਗਾ ਕੁਝ ਨਹੀਂ ਮਤਲਬ ਹੈਗਾ ਤੇ ਜਿਹੜਾ ਆਪਣੇ ਆਪਣੇ ਜਿਹੜਾ ਖੇਤੀ ਦੇ ਉੱਤੇ ਮਤਲਬ ਖੇਤੀ ਦੇ ਉੱਤੇ ਤੇ ਇਹਨਾਂ ਦਾ ਕੋਈ ਨੀਤੀ ਪਾਲਿਸੀ ਹੈ ਹੀ ਨਹੀਂ ਤੇ ਆਪਣੇ ਸਾਡੇ ਗੰਨੇ ਦੇ ਪੈਸੇ ਨੇ ਜਿਹੜੇ ਜਿਹੜੀਆਂ ਮਤਲਬ ਗੱਲ ਚੱਲ ਰਹੀ ਸੀ ਆਪਾਂ ਵਿਕਾਸ ਬੜਾ ਜਿੱਦਾਂ ਪਾਰਕ ਦੀ ਗੱਲ ਕਰ ਰਿਹਾ ਇਟਾਂ ਨੂੰ ਜਿਹੜਾ ਉਹ ਪਹਿਲਾਂ ਜਿਹੜੀਆਂ ਕੱਚੀਆਂ ਇੱਟਾਂ ਹੁੰਦੀਆਂ ਦੂਜੀਆਂ ਪਠਿਆਲੀਆਂ ਉਹ ਤੋਂ ਬਾਅਦ ਬਜਰੀ ਆ ਗਈ ਤੇ ਹੁਣ ਇੰਟਰਲਾਕ ਟਾਲ ਤੋਂ ਲਾਉਣ ਤੋਂ ਬਗੈਰ ਇਹਨਾਂ ਕੋਲ ਕੋਈ ਜਿਹੜਾ ਬੁਨਿਆਦੀ ਜਿਹੜੀਆਂ ਨੇ ਜਿਹੜੀ 70 ਤੋਂ 80% ਜਿਹੜੀ ਕਿਸਾਨੀ ਤੇ ਨਿਰਪਰ ਲੋਕ ਨੇ ਉਹਨਾਂ ਦੇ ਵੱਲ ਇਹਨਾਂ ਦਾ ਜਿਹੜਾ ਕੋਈ ਵੀ ਧਿਆਨ ਨਹੀਂ ਹੈਗਾ ਠੀਕ ਹੈ ਅਜਾ ਹੁਣ ਸੰਯੁਕਤ ਸਮਾਜ ਪਾਰਟੀ ਹੈ ਇਹ ਸਿਆਸੀ ਪਿੰਡ ਦੇ ਵਿੱਚ ਨੇਤਰੀ ਹੈ ਪਹਿਲਾਂ ਸੰਘਰਸ਼ ਚੱਲਿਆ ਤੇ ਹੁਣ ਸਿਆਸਤ ਕਰ ਲੋਂਗੇ ਸਿਆਸਤ ਤਿੰਨ ਧਰਾਂ ਸਾਹਮਣੇ ਬਿਲਕੁਲ ਜੀ ਸਿਆਸਤ ਕਰ ਲਾਂਗੇ ਸਭ ਤੋਂ ਮੇਨ ਕਾਰਨ ਇਹ ਵੇਖਿਆ ਜਾਂਦਾ ਜਦੋਂ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਸਾਨੂੰ ਇੱਕ ਸਵਾਲ ਪੁੱਛਿਆ ਜਾਂਦਾ ਕਿ ਸਿਆਸਤ ਕਰ ਲੋਗੇ ਮੈਂ ਇੱਕ ਸਵਾਲ ਛੋਟਾ ਜਿਹਾ ਰੱਖਣਾ ਚਾਹੂੰਗਾ ਵੀ ਜਿਹੜੇ ਖੇਤੀ ਕਾਨੂੰਨ ਬਣੇ ਸੀਗੇ ਨਰਿੰਦਰ ਤੋਮਰ ਜੀ ਬੈਠੇ ਸੀ ਜਦੋਂ ਕਿਸਾਨਾਂ ਦੀਆਂ ਮੀਟਿੰਗਾਂ ਹੁੰਦੀਆਂ ਸੀਗੀਆਂ ਉਹਨਾਂ ਦੇ ਨਾਲ ਉਹਨਾਂ ਦੇ ਕਾਨੂੰਨਾਂ ਦੇ ਵਿੱਚ ਉਹਨਾਂ ਨੂੰ ਹੀ ਝੂਠਿਆਂ ਪਾਇਆ ਗਿਆ ਸੀਗਾ ਉਹ ਜਿਹੜੀ ਮੁੰਦਦਾ ਧਿਰ ਸੀਗੀ ਪੀਐਮ ਦੇ ਭੇਜੀ ਹੋਏ ਬੰਦੇ ਕਿਸਾਨਾਂ ਨੇ ਹੀ ਝੂਠੇ ਪਾਏ ਸੀਗੇ ਜੇ ਉਹਨਾਂ ਬੰਦੇ ਨੂੰ ਅਸੀਂ ਝੂਠੇ ਪਾ ਸਕਦੇ ਹਾਂ ਕੀ ਗੱਲ ਇਹ ਸਿਆਸਤ ਨਹੀਂ ਕਰ ਸਕਦੇ ਕਿ ਕਿਉਂਕਿ ਸਾਡਾ ਸਾਡੇ ਨਾਲ ਜੂਤ ਵਰਗ ਚੱਲਿਆ ਹੋਇਆ ਸਾਰੀਆਂ ਸਰਕਾਰਾਂ ਜੂਤ ਨੂੰ ਅੱਗੇ ਲਿਆ ਕੇ ਰਾਜ਼ੀ ਨਹੀਂ ਕਿਉਂਕਿ ਜੂਤ ਗੱਲ ਕਰਦਾ ਸਚਾਈ ਦੀ ਹਰ ਜਿਹੜੇ ਜਿੰਨੇ ਵੀ ਸਾਡੇ ਲੀਡਰ ਜਾਂ ਹੋਣ ਕਰਦੇ ਪਏ ਉਹਨਾਂ ਤੋਂ ਪੜ੍ਹਿਆ ਲਿਖਿਆ ਜੂਤ ਅੱਗੇ ਲਿਆਵਾਂਗੇ ਜੀ ਜਿਹਦੇ ਨਾਲ ਸਾਡੇ ਪੰਜਾਬ ਦੀ ਡਿਵੈਲਪਮੈਂਟ ਹੋਊਗੀ ਤੇ ਸਾਡੇ ਮੇਨ ਰੇੜੀਆਂ ਨੇ ਸਾਡਾ ਪੰਜਾਬ ਤਰੱਕੀ ਦੀ ਰਾਹ ਤੇ ਜ਼ਰੂਰ ਜਾਊਗਾ ਇਹ ਤੁਹਾਡੇ ਇਸ ਹਲਕੇ ਦੀ ਗੱਲ ਕਰਦੇ ਆ ਉਹਨਾਂ ਨੇ ਕਿਹਾ ਵੀ ਪਾਰਕਾਂ ਬਣਾਈਆਂ ਹੋਰ ਵਿਕਾਸ ਦੀਆਂ ਗੱਲਾਂ ਕੀਤੀਆਂ ਜਿਵੇਂ ਰੋਜ਼ਗਾਰ ਸਿੱਖਿਆ ਸਿੱਧ ਦੀ ਗੱਲ ਕਰੀਏ ਕਿੰਨਾ ਇਸ ਹਲਕੇ ਮੈਂ ਪਹਿਲਾਂ ਪਾਰਕਾਂ ਦੀ ਗੱਲ ਦੇ ਉੱਤੇ ਆ ਜਾਵਾਂ ਇਹ پارک ਬਣੀ ਆ ਇਹਦੇ ਵਿੱਚ ਉੱਥੇ ਵਾਸ਼ਰੂਮ ਬਣੇ ਨੇ ਪਹਿਲੀ ਫੈਸਿਲਿਟੀ ਜਿਹੜੀ ਲੜਿੰਦਾ ਵਾ ਪਬਲਿਕ ਟਾਇਲਟ ਹੁੰਦੀ ਆ ਉਹ ਸਾਰਾ ਦਿਨ ਉਹ ਬੰਦ ਰਹਿੰਦੇ ਨੇ ਜੇ ਬਣਾ ਕੇ ਉਹਨਾਂ ਨੂੰ ਤਾਲੇ ਹੀ ਮਾਰਨੇ ਨੇ ਤੇ ਸਾਨੂੰ ਇਹ ਜੀਆਂ ਸਹੂਲਤਾਂ ਕੀ ਕਰਨੀਆਂ ਅਸੀਂ ਉਹ ਪਿੱਛੇ ਤੁਸੀਂ ਜਰਾ ਨਜ਼ਰ ਮਾਰ ਲਓ ਸੀਮਿੰਟ ਦੇ ਨਾਲ ਉਹ ਮਿੱਟੀ ਅੱਡ ਹੋ ਚੁੱਕੀ ਆ ਕਿੰਨੇ ਕ ਦਿਨੋਂ ਕੱਢੂਗੀ ਠੀਕ ਆ ਫਿਰ ਕਾਂਗਰਸ ਦੀ ਡਿਵੈਲਪਮੈਂਟ ਤੇ ਹੋਰ ਆ ਜਾਈਏ ਠੀਕ ਨੇ ਇੰਟਰਲੌਕ ਟਾਈਲਾਂ ਲਾਈਆਂ ਨੇ ਪਰ ਬਹੁਤ ਸਾਰੇ ਇਲਜ਼ਾਮ ਕਿ ਉਹ ਟਾਈਲਾਂ ਦੀਆਂ ਫੈਕਟਰੀਆਂ ਆਪਣੇ ਰਿਸ਼ਤੇਦਾਰਾਂ ਦੀਆਂ ਨੇ ਇਹ ਸਾਡੇ ਸ਼ਹਿਰ 'ਚ ਤੁਹਾਨੂੰ ਹਰ ਤੀਜੇ ਬੰਦੇ ਤੋਂ ਸੁਣਨ ਨੂੰ ਮਿਲ ਉਸ ਤੋਂ ਇਲਾਵਾ ਜੋ ਅਸੀਂ ਨੁਮਾਇੰਦਾ ਸ਼ਹਿਰ ਦੇ ਵਿੱਚੋਂ ਚੁਣਦੇ ਆ ਸਾਡੇ ਕੋਲ ਸੈਂਟਰ ਸਰਕਾਰ ਦੀ ਚਲਾਈ ਹੋਈ ਉਸਮਨ ਭਾਰਤ ਵਰਗੀ ਨੀਤੀ ਹੈ ਪਾਲਿਸੀ ਹੈ ਤੇ ਉਹਦਾ ਅਸੀਂ ਫਾਇਦਾ ਹੀ ਨਹੀਂ ਚੁੱਕ ਸਕਦੇ ਸਾਡੇ ਹਸਪੀਟਲ ਤਾਂ ਚਿੱਟੇ ਹਾਥੀ ਉੱਤੇ ਖੰਡਰ ਬਣ ਕੇ ਰਹਿ ਗਏ ਨੇ ਉਹ ਤਾਂ ਸਿਰਫ 307 ਤੇ 26 ਬਣਾਉਣ ਦੇ ਜ਼ਰੀਏ ਨੇ ਜੇ ਸਾਡਾ ਨੁਮਾਇੰਦਾ ਸਹੀ ਫਰਜ਼ ਨਿਭਾਉਂਦਾ ਸ਼ਾਇਦ 15 ਦਿਨ ਜਾਂ ਮਹੀਨੇ 'ਚ ਇੱਕ ਵਾਰ ਵੀ ਉੱਥੇ ਢੇੜਾ ਲਾਉਂਦਾ ਤੇ ਉਹ ਇਹ ਹਾਲਾਤ ਨਾ ਹੁੰਦੇ ਕਜ ਤੁਸੀਂ ਵਿਕਾਸ ਦੀ ਗੱਲ ਕੀਤੀ ਹੈ ਉਹਨਾਂ ਕਹਿੰਦੇ ਵਿਕਾਸ ਕਰਵਾਇਆ ਤੇ ਜਿਵੇਂ ਟਾਇਲਟ ਦੀ ਗੱਲ ਕੀਤੀ ਤਾਲੇ ਮਾਰ ਦਿੱਤੇ ਤੇ ਨਾਲ ਤੁਸੀਂ ਪਾਰਕ ਦੀ ਗੱਲ ਕੀਤੀ ਉਹ ਕਹਿੰਦੇ ਹੁਣ ਮਿੱਟੀ ਛੱਡਣ ਜਾ ਰਹੀ ਹੈ ਐਸੀ ਕੋਈ ਗੱਲ ਨਹੀਂ ਜੀ ਵਿਕਾਸ ਪੂਰਾ ਹੋਇਆ ਵਾ ਇਹ ਤੇ ਵਿਰੋਧੀਆਂ ਨੂੰ ਇਸ ਵੇਲੇ ਕੋਈ ਮੁੱਦਾ ਨਹੀਂ ਨਜ਼ਰ ਆ ਰਿਹਾ ਤੁਸੀਂ ਇੱਧਰ ਇੱਕ ਵਾਰੀ ਕੈਮਰਾ ਮਾਰ ਕੇ ਦੇਖੋ ਵੀ ਕਿਹੜੀ ਚੀਜ਼ ਇੱਥੇ ਜਿਹੜੀ ਹੈ ਜਿਹੜੀ ਨਹੀਂ ਅਵੇਲੇਬਲ ਹੈਗੀ ਅਗਰ ਮੇਰੇ ਸਾਥੀ ਨੇ ਕਿਹਾ ਸੀਗਾ ਵੀ ਸਾਡੇ ਸਕੂਲਾਂ ਦੇ ਵਿੱਚ ਡਵੈਲਪਮੈਂਟ ਨਹੀਂ ਹੋਈ ਸਾਡੇ ਸਕੂਲਾਂ 'ਚ ਹਰ ਤਰ੍ਹਾਂ ਦੀ ਡਵੈਲਪਮੈਂਟ ਹੋਈ ਹੈ LED ਨੇ Smart TV ਲੱਗੇ ਨੇ ਇੱਕ ਇੱਕ ਸਵਾਲ ਦਾ ਜਵਾਬ ਦੇਣਾ ਕਿ ਕਾਂਗਰਸ ਨੇ 5 ਸਾਲ ਦੇ ਵਿੱਚ ਜੋ ਵਾਅਦੇ ਕੀਤੇ ਸੀਗੇ ਉਹ ਪੂਰੇ ਕੀਤੇ ਮੈਕਸਿਮਮ ਜਿੱਥੇ ਤੱਕ ਹੋ ਸਕਿਆ ਆਪਣੇ ਵਾਅਦੇ ਪੂਰੇ ਕੀਤੇ ਆ ਫਿਰ ਕੈਪਟਨ ਸਾਹਿਬ ਨੂੰ ਕੱਢਿਆ ਕਿਉਂ ਇਹ ਇਹਦੇ ਹਾਈ ਕਮਾਂਡ ਦਾ ਫੈਸਲਾ ਸੀਗਾ ਜੀ ਨਵਜੋਤ ਸਿੰਘ ਸਿੱਧੂ ਜਾਂ ਚੰਨੀ ਦੀ ਗੱਲ ਕਰ ਲਈ ਉਹ ਕਹਿੰਦੇ ਕੈਪਟਨ ਸਾਹਿਬ ਨੂੰ ਇਸ ਕਰਕੇ ਕੱਢਿਆ ਵੀ 18 ਨੁਕਤੇ ਏਜੰਡੇ ਦੀ ਗੱਲ ਕੀਤੀ ਹੈ ਇਹਦਾ ਮਤਲਬ ਵਾਅਦੇ ਪੂਰੇ ਨਹੀਂ ਕੀਤੇ ਇਸ ਕਰਕੇ ਕੱਢਿਆ ਦੇਖੋ ਸਰ ਕੋਈ ਵੀ ਲੀਡਰ ਜਿਹੜਾ ਵਾ ਸਮੇਂ ਦੇ ਹਿਸਾਬ ਨਾਲ ਕੰਮ ਨਹੀਂ ਕਰਦਾ ਚਾਹੇ ਜਿੱਦਾਂ ਵੀ ਆ ਲੀਡਰ ਨੂੰ ਉਸ ਵળે ਚੇਂਜ ਕਰਨਾ ਹੀ ਠੀਕ ਸਮਝਿਆ ਜਾਂਦਾ ਚੰਨੀ ਸਾਹਿਬ ਦੇਖੋ ਤੁਸੀਂ ਆਏ ਆ ਉਹਨਾਂ ਨੇ 110 15 ਦਿਨ ਦੇ ਵਿੱਚ ਆਪਣਾ ਕੰਮ ਦੇਖੋ ਤੁਸੀਂ ਦੇਖੋ ਅੱਜ ਤੋਂ ਪਹਿਲੇ ਕਦੀ ਜਦੋਂ ਬਾਦਲ ਸਾਹਿਬ ਸਮਝੌਤਾ ਕਰਕੇ ਗਏ ਆ ਬਿਜਲੀ ਸਸਤੀ ਹੋਈ ਪੈਟਰੋਲ ਸਸਤਾ ਹੋਇਆ ਡੀਜ਼ਲ ਸਸਤਾ ਹੋਇਆ ਇਹ ਚੰਨੀ ਸਾਹਿਬ ਦੀ ਦੇਣ ਆ ਦੇਖ ਮੇਰੇ ਇੱਕ ਵੀਰ ਨੇ ਕਿਹਾ ਵਾ ਰਜੇਸ਼ ਭਗਵਾਨ ਨੇ ਕਿ ਸਾਨੂੰ ਪਾਰਕਾਂ ਦੀ ਜ਼ਰੂਰਤ ਨਹੀਂ ਆ ਜੇ ਸਾਨੂੰ ਸਾਡੇ ਬੱਚੇ ਪਾਰਕਾਂ 'ਚ ਆ ਕੇ ਖੇਡਣਗੇ ਨਹੀਂ ਘਰੇ 'ਚ ਘਰਾਂ 'ਚ ਰਹਿਣਗੇ ਉਸ ਤੋਂ ਬਾਅਦ ਗਲੀਆਂ 'ਚ ਘੁੰਮਣਗੇ ਨਸ਼ੇ ਕਰਨਗੇ ਤੇ ਪਾਰਕ ਆਦੇ ਵਾਸਤੇ ਆ ਬੇਸਿਕ ਮੁੱਦਾ ਪਾਰਕ ਹੀ ਆ ਪਾਰਕ ਨੈਸੈਸਿਟੀ ਹੈਗੀ ਆ ਬੱਚਿਆਂ ਦਾ ਕਿ ਬੱਚੇ ਇੱਥੇ ਆਣਗੇ ਪਾਰਕਾਂ ਦੇ ਵਿੱਚ ਆਪਣਾ ਓਪਨ ਜਿਮ ਦੇਖੋ ਕਦੀ 70 ਸਾਲ ਦੇ ਵਿੱਚ ਕਦੀ ਓਪਨ ਜਿਮ ਕਦੀ ਲੱਗੇ ਸੀ ਕਦੇ ਗੁਰਦਾਪੁਰ ਸ਼ਹਿਰ ਦੇ ਵਿੱਚ ਜਿਹੜਾ ਤੁਸੀਂ ਗੱਲ ਕੀਤੀ ਹੈ ਚੋਣ ਦੀ ਔਰ ਸਾਡੇ ਹਲਕੇ ਦੇ ਯਰੇ ਨੁਮਾਇੰਦੇ ਦੀ ਬਾਰੇ ਕੀਤੀ ਆ ਮੈਂ ਈਸ਼ੂ ਨੂੰ ਸ਼ਾਖਸ਼ੀ ਮਾਰਨੀ ਕਰਨਾ 70 ਸਾਲ ਦੀ ਰਾਜਨੀਤੀ ਦੇ ਵਿੱਚ ਉਹ ਗੁਰਦਾਪੁਰ ਦੇ ਵਿੱਚ ਕੰਮ ਹੋਇਆ ਕਦੀ ਹੋਇਆ ਨਹੀਂ ਤੁਸੀਂ ਗੁਰਦਾਪੁਰ ਦੇ ਗਲੀ ਗਲੀ ਜਾ ਕੇ ਪੁੱਛ ਲਓ ਅਲੀਗੇਸ਼ਨ ਮੇਰੇ ਤੇ ਲਗਾਈ ਅਲੀਗੇਸ਼ਨ ਮੈਂ ਪ੍ਰੂਫ ਕਰਤਾ ਸੀ ਉਹ ਅਲੀਗੇਸ਼ਨ ਕਹਿਣ ਲਾਣਾ ਬਹੁਤ ਔਖਾ ਉਹ ਕਹਿਣਾ ਬੜਾ ਔਖਾ ਜਿਹੜੀ ਤੁਹਾਣਾ ਗੱਲ ਕਰ ਰਹੇ ਆ ਪੰਕਜ ਨੇ ਕਿਹਾ ਕਹਿਣਾ ਸਾਡੇ ਐਮਐਲ ਸਾਹਿਬ ਨੇ ਕਿਹਾ ਸੀ ਕਿ ਮੈਂ ਜੇ ਦੋ ਜੇ ਅੰਡਰਬ੍ਰਿਜ ਐਂਡ ਬੱਸ ਸਟੈਂਡ ਨਾ ਬਣਾਵਾਂਗਾ ਤੇ ਮੈਂ ਇਲੈਕਸ਼ਨ ਨਹੀਂ ਲੜਾਂ ਕਹਿਣਾ ਬੜਾ ਸੋਖਾ ਕੰਨਾ ਬੜਾ ਕਾ ਬੱਸ ਸਟੈਂਡ ਬਣ ਰਿਹਾ ਇੰਟਰਨੈਸ਼ਨਲ ਬੱਸ ਸਟੈਂਡ ਕਦੋਂ ਕਿਹਾ ਸੀਗਾ ਇਲੈਕਸ਼ਨ ਲੜਨ ਤੋਂ ਪਹਿਲਾਂ 2017 ਚ 2017 ਤਾਂ ਨਹੀਂ ਹੋਣੀ ਥੋੜੇ ਦੇ ਪਹਿਲਾਂ 2017 ਤੋਂ ਬਾਅਦ ਇਲੈਕਸ਼ਨ ਤੋਂ ਕੋਈ ਮੁੱਦਾ ਨਹੀਂ ਸੀ ਹੋਲਾ ਅੰਡਰਬ੍ਰਿਜ ਐਂਡ ਬੱਸ ਸਟੈਂਡ ਉਹਨਾਂ ਨੇ ਕਿਹਾ ਔਰ ਬਣਿਆ ਔਰ ਬਣਾ ਕੇ ਦੱਸਿਆ ਜੋ ਦਾਅਵੇ ਕਰ ਰਹੇ ਨੇ ਹੈ ਸੱਚਾਈ ਮੈਂ ਸਮਝ ਰਾਂ ਦੀ ਤੁਸੀਂ ਇੱਕ ਸੱਜਣ ਨੂੰ ਸਵਾਲ ਕਰ ਰਹੇ ਸੀਗੇ ਕਿ ਕਾਂਗਰਸ ਨੇ ਵਾਅਦੇ ਸਾਰੇ ਪੂਰੇ ਕੀਤੇ ਆ ਮੈਂ ਕਹਿੰਦਾ ਇੱਕ ਵੀ ਵਾਅਦਾ ਇਹ ਆਪਣਾ ਪੂਰਾ ਗਿਣਾ ਦੇਣਾ ਸਾਨੂੰ ਤੇ ਅਸੀਂ ਆਪਣੀ ਜਿਹੜੀ ਸਿਆਸਤ ਆ ਉਹ ਛੱਡ ਦੇਾਂਗੇ ਜਿੰਨੇ ਵੀ ਵਾਅਦੇ ਕੈਪਟਨ ਨੇ ਪਹਿਲਾਂ ਕੀਤੇ ਚਾਹੇ ਉਹ 500 ਰੁਪਇਆ 50000 ਸਗਨ ਸਕੀਮ ਸੀ 2500 ਰੁਪਇਆ ਬੱਚੇ ਪਰ ਬੱਚੇ ਨੂੰ ਸਟਾਈਫਨ ਪੱਤਾ ਦੇਣਾ ਸੀ ਘਰ-ਘਰ ਇੱਕ ਨੌਕਰੀ ਦੇਣੀ ਸੀ 4 ਹਫਤੇ ਦੀ ਸ਼ਰਾਬ ਬੰਦ ਕਰਨੀ ਸੀ ਇਹ ਹਸਪਤਾਲਾਂ ਨੂੰ ਜਿਹੜਾ ਸੀ ਉਹ ਮੋਡੀਫਾਈਡ ਕਰਕੇ ਸਾਰਾ ਕੈਲੀਫੋਰਨੀਆ ਬਣਾਉਣਾ ਸੀ ਇੱਥੇ ਜਿਹੜਾ ਆਪਣੇ ਵਿਵਸਥਾ ਜਿਹੜੀ ਸੀ ਉਹ ਮੈਡੀਕਲ ਤੇ ਐਜੂਕੇਸ਼ਨ ਦੀ ਠੀਕ ਕਰਨੀ ਸੀ ਇਹਦੇ ਚੋ ਇੱਕ ਵੀ ਸਾਨੂੰ ਗਿਣਾ ਕੇ ਦੱਸ ਦੇਣ ਕਿ ਇਹਨਾਂ ਪੰਜ ਸਾਲਾਂ ਚ ਪੂਰੀ ਕੀਤੀ ਹਾਂ ਇੱਕ ਕੰਮ ਜ਼ਰੂਰ ਕੈਪਟਨ ਨੂੰ ਇਹਨਾਂ ਨੇ ਇਹ ਕੀਤਾ ਕਿ ਆਪਣੀ ਖਲ ਬਚਾਉਣ ਮਾਰਿਆਂ ਕੈਪਟਨ ਨੂੰ ਪਾਸੇ ਕਰ ਦਿੱਤਾ ਤੇ ਚੰਨੀ ਨੂੰ ਵਿਚਾਰੇ ਨੂੰ ਜਿਹੜਾ ਸੀ ਉਹ ਬਲੀ ਦਾ ਬੱਕਰਾ ਬਣਾ ਕੇ ਗਾੜੀ ਕਰਤਾ ਉਹਦਾ ਹੀ ਰਿਪੋਰਟ ਕਾਰਡ ਹੁਣ 111 ਦਿਨਾਂ ਦਾ ਦੇਈ ਜਾਂਦੇ ਨੇ ਉਹਦਾ ਰਿਪੋਰਟ ਕਾਰਡ ਵੀ ਸਾਰੀ ਦੁਨੀਆ ਨੇ ਵੇਖ ਲਿਆ ਕਿ ਅੱਜ ਅੱਜ ਉਹਦਾ ਰਿਪੋਰਟ ਕਾਰਡ ਇਹ ਕਹਿ ਰਿਹਾ ਕਿ ਜਿਹੜੀ 111 ਦਿਨ ਦੀ ਜਿਹੜੀ ਸੀ 10 ਕਰੋੜ ਰੁਪਈਆ ਉਹਦੇ ਭਾਂਜੇ ਦੇ ਘਰੋਂ ਤੇ 56 ਕਰੋੜ ਰੁਪਈਆ ਦੀਆਂ ਐਂਟਰੀਆਂ ਤੇ ਪਲੱਸ ਹੋਰ ਜਿਹੜਾ ਉਹਦੀ ਬੇਨਾਮੀ ਜਿਹੜੀਆਂ ਜਿਹੜੀਆਂ ਸਾਰੀਆਂ ਪ੍ਰਾਪਰਟੀਆਂ 12-12 ਲੱਖ ਦੀ ਘੜੀ ਜਿਹੜੀ ਆ ਉਹਦੇ ਘਰੋਂ ਜਿਹੜੀ ਆ ਉਹਦੇ ਰਿਸ਼ਤੇਦਾਰਾਂ ਕੋਲ ਨਿਕਲ ਲਿਆ ਮੈਂ ਕਹਿੰਦਾ ਉਹਦੇ ਇੱਕ ਰਿਸ਼ਤੇਦਾਰ ਦੇ ਘਰੋਂ ਇਹਨਾਂ ਲਈ ਇੱਕ ਆਮ ਬੰਦੇ ਨਿਕਲਿਆ ਬਾਕੀ ਦਾ ਕੀ ਹਾਲ ਹੋਵੇਗਾ ਠੀਕ ਹੈ ਇਸ ਇਲਜ਼ਾਮ ਦਾ ਵੀ ਕਾਂਗਰਸ ਤੋਂ ਜਵਾਬ ਲਵਾਂਗੇ ਪੰਜਾਬ اور ਪੰਜਾਬੀਅਤ ਦੀ ਪਰਛਾਈਂ अब देखें एबीपी सांझा टाटा स्काई चैनल नंबर 1929 पर एबीपी सांझा देखने के लिए अपने केबल ऑपरेटर से अभी संपर्क करें एबीपी सांझा जोश जज्बा जुनू